Hello students, welcome to CIC. ਕੈਪੀਟਲ ਇਮੀਗ੍ਰੇਸ਼ਨ ਕੰਸਲਟੈਂਟ ਦੇ YouTube ਚੈਨਲ ਤੇ ਤੁਹਾਡਾ ਸਵਾਗਤ ਹੈ ਇੱਕ ਸੀਰੀਜ਼ ਚੱਲ ਰਹੀ ਹੈ ਜਿਹੜੇ ਰੈਗੂਲਰ ਵਿਊਅਰ ਨੂੰ ਜਾਣਦੇ ਨੇ ਕਿ ਅਸੀਂ ਇੱਕ ਉਪਰਾਲਾ ਕਰ ਰਹੇ ਹਾਂ ਕਿ ਤੁਸੀਂ ਕੈਨੇਡਾ ਦਾ ਵੀਜ਼ਾ ਲਗਾਉਣ ਲੱਗਿਆਂ ਆਪਣਾ ਕੋਰਸ ਕਿਤੇ ਇਰੈਲੇਵੈਂਟ ਨਾ ਚੂਜ਼ ਕਰ ਲਓ ਔਰ ਆਪਣਾ ਵੀਜ਼ਾ ਰਿਫਿਊਜ਼ਲ ਨਾ ਲਗਵਾ ਲਓ ਕੋਰਸ ਰੈਲੇਵੈਂਸੀ ਤੇ ਗੱਲ ਕਰ ਰਹੇ ਹਾਂ ਕਿਉਂਕਿ ਵੀਜ਼ਾ ਇਨਸ਼ੋਰ ਕਰਨ ਲਈ ਪਹਿਲਾ ਜਿਹੜਾ ਪਹਿਲੂ ਹੈ ਉਹ ਕੋਰਸ ਰੈਲੇਵੈਂਸੀ ਹੈ ਜੇ ਇਸੇ ਤਰ੍ਹਾਂ ਦਾ ਕੰਟੈਂਟ ਚਾਹੁੰਦੇ ਹੋ ਟਰੂਥਫੁਲ ਐਥੀਕਲ ਐਂਡ ਨਿਊ ਤੇ ਸਾਡੇ YouTube ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰੋ ਔਰ ਆਪਣੇ ਫਰੈਂਡਸ ਨਾਲ ਸ਼ੇਅਰ ਕਰੋ ਵਾਪਸ ਆਂਦੇ ਅੱਜ ਦੀ ਵੀਡੀਓ ਤੇ ਅੱਜ ਅਸੀਂ ਉਹਨਾਂ ਵਿਦਿਆਰਥੀਆਂ ਦੀ ਗੱਲ ਕਰਨ ਜਾ ਰਹੇ ਹਾਂ ਜਿਨ੍ਹਾਂ ਨੇ ਪਲੱਸ 2 ਕਾਮਰਸ਼ਲ ਕੀਤੀ ਹੈ ਕਾਮਰਸ ਵਿੱਚ ਇਕਨੋਮਿਕਸ ਇੰਟਰਨੈਸ਼ਨਲ ਬਿਜ਼ਨਸ ਅਕਾਊਂਟਿੰਗ ਵਰਗੇ ਸਬਜੈਕਟਸ ਤੁਸੀਂ ਪੜ੍ਹਦੇ ਹੋ ਉਹਨਾਂ ਸਟੂਡੈਂਟਸ ਦੀ ਅੱਜ ਡਿਸਕਸ਼ਨ ਹੈ ਕਿ 6th ਸੀਚ ਤੋਂ ਬਾਅਦ ਐਸਟੀਐਸ ਕੈਟਾਗਰੀ ਚ ਕੈਨੇਡਾ ਵਿੱਚ ਕਿਹੜੇ ਕੋਰਸ ਲੈਣੇ ਚਾਹੀਦੇ ਨੇ ਸਾਡੇ ਰੋਜ਼ ਦੇ ਐਕਸਪੀਰੀਅੰਸ 'ਚ ਆਉਂਦਾ ਹੈ ਕਿ ਪਲੱਸ 2 ਕਾਮਰਸ ਵਾਲੇ ਸਟੂਡੈਂਟ ਜਨਰਲ ਸਬਜੈਕਟਸ ਜਿਵੇਂ ਕਿ ਬਿਜ਼ਨਸ ਐਡਮਿਨਿਸਟ੍ਰੇਸ਼ਨ ਇੰਟਰਨੈਸ਼ਨਲ ਬਿਜ਼ਨਸ ਵਰਗੇ ਸਬਜੈਕਟ ਹੀ ਸਾਰੇ ਚੂਜ਼ ਕਰ ਰਹੇ ਨੇ ਵੀਜ਼ਾ ਇਨਾਂ ਦੇ ਵੀ ਆਂਦੇ ਨੇ ਪਰ ਕਿਉਂ ਨਾ ਸੀ ਹੋਰ ਕੋਰਸੇਜ਼ ਵੀ ਐਕਸਪਲੋਰ ਕਰੀਏ ਤਾਂ ਕਿ ਅਸੀਂ ਆਪਣਾ ਸਕਸੈਸ ਰੇਟ ਵੀਜ਼ਾ ਦਾ ਵਧਾ ਸਕੀਏ ਸੋ ਤੁਹਾਨੂੰ ਪਲੱਸ 2 ਕਾਮਰਸ ਤੋਂ ਬਾਅਦ ਇਹ ਸਬਜੈਕਟ ਚੂਜ਼ ਕਰਨੇ ਚਾਹੀਦੇ ਨੇ ਸਭ ਤੋਂ ਪਹਿਲਾਂ ਇੰਟਰਨੈਸ਼ਨਲ ਬੈਂਕਿੰਗ ਐਂਡ ਫਾਈਨਾਂਸ ਨੰਬਰ 2 ਅਕਾਊਂਟਿੰਗ ਐਂਡ ਪੇਰੋਲ ਇੰਨੀ ਐਕਸਪੈਂਸ਼ਨ ਹੋ ਰਹੀ ਹੈ ਇੰਨੀ ਪ੍ਰਾਈਵੇਟਾਈਜੇਸ਼ਨ ਹੋ ਰਹੀ ਹੈ ਅਕਾਊਂਟਿੰਗ ਐਂਡ ਪੇ ਰੋਲ ਕਿਸੇ ਵੀ ਆਰਗੇਨਾਈਜੇਸ਼ਨ ਦੀ ਕੋਰ ਮੰਨੀ ਜਾਂਦੀ ਹੈ ਉਸ ਨੂੰ ਮੈਨੇਜਮੈਂਟ ਕਰਨ ਲਈ ਸੋ ਇਹ ਕੋਰਸ ਤੁਹਾਡੇ ਲਈ ਬਹੁਤ ਅੱਛੀ ਆਪਸ਼ਨ ਹੈ ਨੈਕਸਟ ਲੀਡਰਸ਼ਿਪ ਮੈਨੇਜਮੈਂਟ ਨੈਕਸਟ ਬਿਜ਼ਨਸ ਅਕਾਊਂਟਿੰਗ ਬਿਜ਼ਨਸ ਮਾਰਕੀਟਿੰਗ ਕਿਸੇ ਵੀ ਆਰਗੇਨਾਈਜੇਸ਼ਨ ਨੂੰ ਕਸਟਮਰ ਰਿਕੁਆਇਰ ਕਰਨ ਲਈ ਸਭ ਤੋਂ ਇੰਪੋਰਟੈਂਟ ਜਿਹੜਾ ਉਹਦਾ ਵਰਟੀਕਲ ਹੈ ਉਹ ਮਾਰਕੀਟਿੰਗ ਦਾ ਹੁੰਦਾ ਹੈ ਮਾਰਕੀਟਿੰਗ ਸਟਰੈਟਜੀ ਬਣਾਉਂਦੇ ਹੈ ਸੇਲਸ ਟੀਮ ਉਹਨੂੰ ਇੰਪਲੀਮੈਂਟ ਕਰਦੀ ਹੈ ਸੋ ਬਿਜ਼ਨਸ ਮਾਰਕੀਟਿੰਗ ਵੀ ਇੱਕ ਬਹੁਤ ਅੱਛਾ ਕੋਰਸ ਤੁਹਾਡੇ ਲਈ ਹੋ ਸਕਦਾ ਹੈ ਨੈਕਸਟ ਇੰਟਰਨੈਸ਼ਨਲ ਟ੍ਰੇਡ वर्ल्ड इज बिकमिंग स्मॉल एसी सुन रहे हैं इसका मतलब की है कि बहुत असि एक्सपोर्ट कर रहे हैं इंपोर्ट कर रहे हैं हर कंट्री एक्सपोर्ट इंपोर्ट कर रही है सो इंटरनेशनल ट्रेड बढ़ रहा है जेकर ਤੁਸੀਂ ਇਹ ਕੋਰਸ ਵੀ ਸਿਲੈਕਟ ਕਰਦੇ ਹੋ ਤੁਹਾਡੇ ਲਈ ਫਿਊਚਰ ਵਿੱਚ ਜੋਬ ਓਪਰਚ्युनिटीज ਬਹੁਤ ਅਚੀਆਂ ਹੋਣਗੀਆਂ ਨੈਕਸਟ ਕੋਰਸ بزਨਸ ਫਾਈਨਾਂਸ ਮਰਚੈਂਡਾਈਜ਼ ਮੈਨੇਜਮੈਂਟ ਫਾਈਨੈਂਸ਼ੀਅਲ ਰਿਸੋਰਸਸ ਫਾਈਨੈਂਸ਼ੀਅਲ ਸਰਵਿਸਿਜ਼ ਐਂਡ ਫਾਈਨੈਂਸ਼ੀਅਲ ਪਲੈਨਿੰਗ ਸੋ ਇਹ ਕੁਝ ਕੋਰਸ ਨੇ ਅਦਰ than ਬਿਜ਼ਨਸ ਐਡਮਿਨਿਸਟ੍ਰੇਸ਼ਨ ਐਂਡ ਇੰਟਰਨੈਸ਼ਨਲ ਬਿਜ਼ਨਸ ਇਹਨਾਂ ਤੋਂ ਹਟ ਕੇ ਤੁਸੀਂ ਕੁਝ ਡਿਫਰੈਂਟ ਕੋਰਸ ਲਓ ਔਰ ਇੱਕ ਹੋਰ ਕੋਰਸ ਹੈ ਜਿੰਨਾ ਕੋਲ ਮੈਥਮੈਟਿਕਸ ਹੈ ਬਹੁਤ ਪ੍ਰੋਵਿੰਸਸ ਵਿੱਚ ਇਹ ਰਿਕੁਆਇਰਮੈਂਟ ਹੈ ਕਿ ਇਸ ਕੋਰਸ ਲਈ ਤੁਹਾਨੂੰ ਪਲੱਸ 2 ਕਾਮਰਸ 'ਚ ਮੈਥ ਚਾਹੀਦਾ ਇਸ ਕੋਰਸ ਦਾ ਨਾਮ ਹੈ ਸਪਲਾਈ ਚੇਨ ਮੈਨੇਜਮੈਂਟ ए कोर्स भी बहुत अच्छा यूनिक और जॉब ओरिएंटेड कोर्स है बिकॉज किसी भी इंडस्ट्री वेज, सप्लाई चेन सब तो इंपॉर्टेंट है, खासकर पैरिशेबल इंडस्ट्री फूड इंडस्ट्री सो so, वीडियो तुसी ਖੁਦ ਵੀ ਦੇਖੋ ਦੁਬਾਰਾ ਦੇਖੋ ਆਪਣੇ ਫਰੈਂਡਸ ਨਾਲ ਸ਼ੇਅਰ ਕਰੋ ਕਿਉਂਕਿ ਅਸੀਂ ਇੱਥੇ ਸਾਰਿਆਂ ਦੇ ਭਲੇ ਦੀ ਗੱਲ ਕਰ ਰਹੇ ਹਾਂ ਤਾਂ ਕਿ ਕੋਈ ਵੀ ਸਟੂਡੈਂਟ ਜਿਹੜਾ ਪਲੱਸ 2 ਕਾਮਰਸ ਤੋਂ ਬਾਅਦ ਕੈਨੇਡਾ ਜਾਣ ਦਾ ਚਾਹੁੰਦਾ ਹੈ ਉਹ ਗਲਤ ਕੋਰਸ ਕਰਕੇ ਆਪਣਾ ਵੀਜ਼ਾ ਰਿਫਿਊਜ਼ ਨਾ ਕਰਵਾ ਲੈ ਜੇਕਰ ਤੁਸੀਂ ਆਪਣੀ ਫਾਈਲਿੰਗ CIC ਦੇ ਥਰੂ ਕਰਾਉਣਾ ਚਾਹੁੰਦੇ ਹੋ ਐਸਓਪੀ ਵਿੱਚ ਅਸਿਸਟੈਂਸ ਚਾਹੁੰਦੇ ਹੋ ਪ੍ਰੋਫੈਸ਼ਨਲ ਫਾਈਲਿੰਗ ਚਾਹੁੰਦੇ ਹੋ ਕੁਇਕ ਫਾਈਲਿੰਗ ਟਰਾਂਸਪੇਰੈਂਟ ਪ੍ਰੋਸੈਸ ਚਾਹੁੰਦੇ ਹੋ ਕਿ ਤੁਹਾਡੇ ਅੱਖਾਂ ਦੇ ਸਾਹਮਣੇ ਸਾਰੀ ਫਾਈਲਿੰਗ ਔਰ ਪ੍ਰੋਸੈਸਿੰਗ ਚੱਲੇ ਫ੍ਰੋਮ ਦਾ ਡੇ ਆਫ ਅਪਲਾਈਂਗ ਆਫਰ ਟਿਲ ਦਾ ਡੇ ਆਫ ਸਟੈਂਪਿੰਗ ਦਾ ਵੀਜ਼ਾ ਤੇ ਤੁਸੀਂ ਸਾਨੂੰ ਵਿਜ਼ਿਟ ਕਰੋ ਓਪੋਜ਼ਿਟ ਗੁਨਾਰਨਕ ਦੇ ਯੂਨੀਵਰਸਿਟੀ ਅੰਮ੍ਰਿਤਸਰ ਜੇ ਦੂਰ ਦਰਾਡੇ ਤੋਂ ਕਿਤੇ ਵੀਡੀਓ ਦੇਖ ਰਹੇ ਹੋ ਤੇ ਸਾਨੂੰ WhatsApp ਕਰੋ ਸਾਡੇ ਦਿੱਤੇ ਹੋਏ ਨੰਬਰ ਤੇ ਜਾਂ ਸਾਨੂੰ ਸਾਡੀ ਹੈਲਪਲਾਈਨ ਤੇ ਕਾਲ ਕਰ ਲਓ ਥੈਂਕ ਯੂ